ਵਿੱਚ ਜੁੜ ਬੈਠੀ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇਸ਼ ਵਿਦੇਸ਼ ਦੀਆਂ ਸੰਗਤਾਂ ਜੂਨ 1984 ਦੇ 30 ਸਾਲ ਹੋ ਜਾਣ 'ਤੇ ਇਕੱਠੀਆਂ ਹੋਈਆਂ ਨੇ ਅਤੇ ਮੈਂ ਇੱਥੇ ਪਹਿਲਾਂ ਪ੍ਰਬੰਧਕਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਅਸੀਂ ਜਿਹੜਾ ਸਾਡਾ ਏਜੰਡਾ ਹੈ ਉਹ ਦੁਨੀਆ ਨੂੰ ਇਹ ਦੱਸਣਾ ਹੈ ਕਿ ਸਾਡੇ ਨਾਲ ਕੀ ਨਸਲਕੁਸ਼ੀ ਹੋਈ ਹੈ ਪਰ ਮੇਰਾ ਮੈਨੂੰ ਹੁਕਮ ਹੋਇਆ ਸੀਗਾ ਕਿ ਮੈਂ ਮੈਸੇਜ ਜਿਹੜਾ ਆਪਣਾ ਉਹ ਪੜ੍ਹਾਂ ਅਤੇ ਮੇਰਾ ਜਿਹੜਾ ਮੈਸੇਜ ਆ ਉਹ ਪੂਰੀ ਦੁਨੀਆ ਨੂੰ ਜਿਹੜਾ ਮੈਸੇਜ ਆ ਉਹ ਹੋਰ ਬੁਲਾਰੇ ਵੀ ਦੇਣਗੇ ਪਰ ਮੇਰਾ ਜਿਹੜਾ ਮੈਸੇਜ ਆ ਉਹ ਸਿਰਫ ਅਤੇ ਸਿਰਫ ਸਾਡੀ ਕੌਮ ਜੋ ਸਿੱਖ ਕੌਮ ਆ ਉਹ ਦੇਸ਼ ਵਿਦੇਸ਼ 'ਚ ਕਿਤੇ ਵੀ ਵੱਸਦੀ ਹੈ ਇਹ ਮੈਸੇਜ ਸਿਰਫ ਮੇਰੇ ਵੱਲੋਂ ਨਹੀਂ ਇਹ ਮੈਸੇਜ ਖਾਲੜਾ ਮਿਸ਼ਨ ਔਰਗਨਾਈਜੇਸ਼ਨ ਅਤੇ ਹੋਰ ਸ਼ਹੀਦ ਪਰਿਵਾਰ ਜਿਹੜੇ ਉਹ ਅੱਜ ਵੀ ਮੈਦਾਨੇ ਜੰਗ ਦੇ ਵਿੱਚ ਉੱਥੇ ਜੂਝ ਰਹੇ ਨੇ ਉਹਨਾਂ ਵੱਲੋਂ ਆ ਅਤੇ ਮੈਂ ਮੈਸੇਜ ਤੁਹਾਨੂੰ ਪੜ੍ਹ ਕੇ ਸੁਣਾਉਂਗੀ 6 ਜੂਨ 2014 ਅਤੇ 1 ਨਵੰਬਰ 2014 ਨੂੰ ਪਹਿਲਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਾਕਾ ਨੀਲਾ ਤਾਰਾ ਸਮੇਂ ਅਤੇ ਫਿਰ ਦਿੱਲੀ ਅਤੇ ਸਾਰੇ ਭਾਰਤ ਵਿੱਚ ਸਿੱਖਾਂ ਦੀ ਹੋਈ ਕੁੱਲ ਨਾਸ ਨੂੰ 30 ਸਾਲ ਹੋਣ ਜਾ ਰਹੇ ਹਨ ਇਹਨਾਂ ਦੋਹਾਂ ਸੋਗਮਈ ਅਫਸਰਾਂ 'ਤੇ ਸਿੱਖਾਂ ਦੇ ਹਿਰਦਿਆਂ ਉੱਤੇ ਲੱਗੇ ਫੱਟ ਚੀਸਾਂ ਮਾਰ ਰਹੇ ਹਨ ਅਤੇ ਆਵਾਜ਼ਾਂ ਉੱਠ ਰਹੀਆਂ ਹਨ ਦੱਸੋ ਹੁਣ ਕੀ ਕਰੀਏ ਇਸ ਦਾ ਗੰਭੀਰਤਾ ਨਾਲ ਸੋਚਿਆ ਹੋਇਆ ਉੱਤਰ ਹੈ ਆਓ ਫੇਰ ਇੱਕ ਪ੍ਰਣ ਕਰੀਏ ਕਿ ਅਸੀਂ ਪੰਜਾਬ ਨੂੰ ਹਲੇਮੀ ਰਾਜ ਦਾ ਮਾਡਲ ਬਣਾ ਦੇਵਾਂਗੇ 1984 ਦੀਆਂ ਦੋਵੇਂ ਘਟਨਾਵਾਂ ਤੋਂ ਪਹਿਲਾਂ ਵੀ ਅਸੀਂ ਕਸਮਾਂ ਖਾਧੀਆਂ ਸਨ ਅਤੇ ਸੀਸ ਭੇਟ ਕਰਕੇ ਨਿਭਾਈਆਂ ਸਨ ਅਜੋਕੇ ਸਮੇਂ ਵਿੱਚ ਚੀਸਾਂ ਅੱਗੇ ਹਾਰ ਮੰਨਣੀ ਕਾਇਰਤਾ ਹੋਵੇਗੀ ਹਲੀਮੀ ਰਾਜ ਦਾ ਰਸਤਾ ਸਾਡੇ ਪੰਜਵੇਂ ਰਹਿਬਰ ਅਤੇ ਪਹਿਲੇ ਸਿੱਖ ਸ਼ਹੀਦ ਗੁਰੂ ਅਰਜਨ ਦੇਵ ਜੀ ਨੇ ਉਲੀਕਿਆ ਸੀ ਅਤੇ ਉਹਨਾਂ ਤੋਂ ਪਹਿਲਾਂ ਉਸੇ ਕਿਸਮ ਦੀ ਅਗਵਾਈ ਇੱਕ ਹੋਰ ਰਹਿਬਰ ਭਗਤ ਰਵਿਦਾਸ ਜੀ ਨੇ ਬੇਗਮਪੁਰਾ ਸ਼ਬਦ ਦੀ ਵਰਤੋਂ ਕਰਕੇ ਦਿੱਤੀ ਸੀ ਹਲੀਮੀ ਰਾਜ ਦੀ ਉਸਾਰੀ ਲਈ ਲਉ ਭਿੱਜੀ ਪੰਜਾਬ ਦੀ ਧਰਤੀ ਤੋਂ ਪਾਪੀਆਂ ਅਤੇ ਪਾਪ ਦੀ ਸਫਾਈ ਜ਼ਰੂਰੀ ਹੈ ਸਾਡੀ ਕੁੱਲ ਨਾਸ ਦਾ ਲੇਖਾ ਜੋਖਾ ਨਾ ਤਾਂ ਪੂਰਨ ਤੌਰ 'ਤੇ ਸਾਥੋਂ ਹੋਇਆ ਹੈ ਅਤੇ ਨਾ ਹੀ ਭਾਰਤ ਦੀਆਂ ਨਿੱਕੀਆਂ ਵੱਡੀਆਂ ਸਭ ਅਦਾਲਤਾਂ ਇਸ ਸੰਬੰਧੀ ਇਨਸਾਫ਼ ਦੇਣ ਲਈ ਤਿਆਰ ਹਨ ਲੂੰਬੜ ਬਿਰਤੀ ਸਿਆਸਤਦਾਨ ਪਾਪ ਸਹਿਣ ਵਾਲਿਆਂ ਨੂੰ ਹੀ ਅੱਤਵਾਦੀ ਅਤੇ ਵੱਖਵਾਦੀ ਦੱਸ ਕੇ ਸਾਰੇ ਜ਼ੁਲਮ ਦਾ ਭਾਂਡਾ ਉਹਨਾਂ ਸਿਰ ਭੰਨ ਰਹੇ ਹਨ 84 ਦੀਆਂ ਦੋ ਵੱਡੀਆਂ ਸਿੱਖ ਕੁੱਲ ਨਾਸ ਦੀਆਂ ਘਟਨਾਵਾਂ ਦੇ ਨਾਲ ਨਾਲ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਜੋ ਵਾਪਰਿਆ ਉਸ ਦਾ ਵਰਤਾਰਾ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਨੇ ਆਪਣੀ ਖੋਜ ਭਰਪੂਰ ਲਿਖਤਾਂ ਵਿੱਚ ਕੀਤੀ ਸੀ ਉਹਨਾਂ ਵਰਤਾਰਿਆਂ ਦੀ ਲੜੀ ਅਧੂਰੀ ਹੀ ਰਹੀ ਅਤੇ ਸੁਪਰੀਮ ਕੋਰਟ ਜਿਹੀਆਂ ਅਦਾਲਤਾਂ ਨੇ ਵੀ ਪੰਜਾਬ ਵਿੱਚ ਕਤਲੇਆਮ ਦੀ ਪੂਰੀ ਖੋਜ ਕਰਨ ਤੋਂ ਨਾ ਕੀਤੀ ਅਤੇ ਦੋਸ਼ੀਆਂ ਉੱਤੇ ਉਂਗਲ ਰੱਖਣ ਤੋਂ ਵੀ ਨਾ ਕਰ ਦਿੱਤੀ ਇਨਸਾਫ਼ ਦੇ ਮੁੱਦਈ ਜੱਜ ਸਹਿਬਾਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਤੁਹਾਡੇ ਇਹਨਾਂ ਇਨਕਾਰਾਂ ਨਾਲ ਇਤਿਹਾਸ ਨੂੰ ਪੁੱਠਾ ਗੇੜ ਨਹੀਂ ਪਾਏਗਾ ਅਤੇ ਇਹਨਾਂ ਘਟਨਾਵਾਂ ਦੇ ਦੋਸ਼ੀਆਂ ਦਾ ਮੂੰਹ ਕਾਲਾ ਹੋਵੇਗਾ ਪੰਜਾਬ ਨੂੰ ਹਲੇਮੀ ਰਾਜ ਵਿੱਚ ਬਦਲਣ ਲਈ ਸਾਡੇ ਅਤੇ ਤੁਹਾਡੇ ਜਿਹੇ ਸਿੱਖ ਇਤਿਹਾਸ ਦੇ ਵਾਰਸਾਂ ਨੂੰ ਕੀ ਕਰਨਾ ਪਵੇਗਾ ਪਾਪ ਤੇ ਪਾਪੀ ਲੱਭਣੇ ਠੱਲਣੇ ਅਤੇ ਨੱਥਣੇ ਪੈਣਗੇ ਆਓ ਅਸੀਂ ਸਾਰੇ ਇਸ ਪੈਂਦੜੇ ਵੱਲ ਧਿਆਨ ਦੇਈਏ 1978 ਦੇ ਨਿਰੰਕਾਰੀ ਕਾਂਡ ਤੋਂ ਬਾਅਦ 1984 ਵਿੱਚ ਫੌਜ ਨੂੰ ਦਰਬਾਰ ਸਾਹਿਬ ਦੇ ਵਿੱਚ ਹਮਲਾ ਕਰਨ ਦਾ ਸੱਦਾ ਦੇਣ ਤੋਂ ਹੁਣ ਤੱਕ ਬਾਦਲ ਜੁੰਡਲੀ ਨੇ ਸਿੱਖ ਭਾਈਚਾਰੇ ਨਾਲ ਧਰੋਹ ਕਮਾਇਆ ਹੈ ਗੱਲ ਨੂੰ ਸੰਖੇਪ ਰੱਖਦਿਆਂ ਬਾਦਲ ਪਰਿਵਾਰ ਵੱਲੋਂ ਪੰਜਾਬ ਅੰਦਰ ਉਪਜਾਊ ਸਾਧਨਾ ਅਤੇ ਕਿਰਤੀਆਂ ਦੀ ਲੁੱਟ ਨਸ਼ਿਆਂ ਦਾ ਵਪਾਰ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾ ਕੇ ਚੌਧਰ ਮਜ਼ਬੂਤ ਕਰਨੀ ਭ੍ਰਿਸ਼ਟ ਅਤੇ ਦੋਸ਼ੀ ਪੁਲਿਸ ਅਫਸਰਾਂ ਅਤੇ ਨੌਕਰਸ਼ਾਹੀ ਦੀ ਦੁਰਵਰਤੋਂ ਕਰਕੇ ਪੰਜਾਬ ਦੀ ਸ਼ਹਿਰੀਆਂ ਨੂੰ ਇੱਕ ਨਫ਼ਰਤ ਭਰੀ ਗੁਲਾਮੀ ਦੀ ਜਕੜ ਵਿੱਚ ਨੂੜਨ ਦਾ ਉਪਰਾਲਾ ਕਈ ਕੁਝ ਸਿੱਧ ਹੋ ਚੁੱਕਾ ਹੈ ਪਿਛਲੇ ਦਿਨਾਂ ਵਿੱਚ ਸਰਸਾ ਸਾਧਗੜ੍ਹ ਗੁਰੂ ਗੋਬਿੰਦ ਸਿੰਘ ਜੀ ਦਾ ਚੋਲਾ ਪਾਉਣ ਦੀ ਘਟਨਾ ਇੱਕ ਅਜਿਹਾ ਦੋਸ਼ ਹੈ ਜੋ ਕਾਨੂੰਨ ਦੀ ਮਾਰ ਥੱਲੇ ਵੀ ਆਉਂਦਾ ਹੈ ਮਜੀਠੀਏ ਉੱਤੇ ਲੱਗੇ ਦੋਸ਼ ਵੀ ਇਸੇ ਕੜੀ ਵਿੱਚ ਆਉਂਦੇ ਹਨ ਅਸੀਂ ਸਮੁੱਚੇ ਸਿੱਖ ਅਤੇ ਪੰਜਾਬੀ ਭਾਈਚਾਰੇ ਨੂੰ ਇਹ ਅਪੀਲ ਕਰਦੇ ਹਾਂ ਕਿ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਇਹਨਾਂ ਦੇ ਅਹੁਦਿਆਂ ਤੋਂ ਲਾਉਣ ਦਾ ਉਪਰਾਲਾ ਆਰੰਭਿਆ ਜਾਏ ਅੰਤ ਵਿੱਚ ਸਾਰੀ ਧਰਤੀ ਉੱਤੇ ਵੱਸਦੇ ਸਿੱਖ ਭਾਈਚਾਰੇ ਨੂੰ ਇਹ ਬੇਨਤੀ ਹੈ ਕਿ ਅੱਜ ਜੂਨ 84 ਦੇ ਸ਼ਹੀਦਾਂ ਨੂੰ ਸ਼ਰਧਾ ਭੇਂਟ ਕਰਦੇ ਸਮੇਂ ਇਹ ਵਚਨ ਜ਼ਰੂਰ ਲਈਏ ਕਿ ਅਸੀਂ ਪੰਜਾਬ ਨੂੰ ਹਲੇਮੀ ਰਾਜ ਦਾ ਮਾਡਲ ਬਣਾਉਣਾ ਹੈ ਇਹ ਸਭ ਕਹਿੰਦੀ ਹੋਈ ਮੈਂ ਚਿੰਮਾ ਦੀ ਚਾਚਕ ਹਾਂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।